ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਾਬੇ ਠੀਕ ਠਾਕ ਹੋ ਜਾਨਵਰ ਸੈੱਟ ਆ ਬਈ ਸਾਰਿਆਂ ਦੇ ਤਾਂ ਚਲੋ ਬਈ ਪਹਿਲਾਂ ਆਪਾਂ ਇੱਕ ਝਾਤੀ ਮਾਸਟਰ ਕੇਚ ਮਾਰ ਲੈਂਦੇ ਹਾਂ ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹ ਇੱਧਰ ਦੇਖੋ ਆਪਣੇ ਬਈ ਨਕਾਬ ਪੋਸ਼ ਕਬੂਤਰ ਜਮ੍ਹਾਂ ਠੀਕ ਠਾਕ ਹੋ ਗਏ ਬਿਲਕੁਲ ਇਹਨਾਂ ਦੀ ਫੁਣਸੀਆਂ ਹਟ ਗਈਆਂ ਮੈਂ ਜ਼ੂਮ ਕਰਕੇ ਦਿਖਾਉਣਾ ਆਹ ਦੇਖੋ ਬਈ ਇਹਨਾਂ ਦੀਆਂ ਫੁਣਸੀਆਂ ਜਮ੍ਹਾਂ ਹਟ ਗਈਆਂ ਬਈ ਬਿਲਕੁਲ ਠੀਕ ਠਾਕ ਹੋ ਗਏ ਅਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਇਲਾਜ ਦੱਸਿਆ ਇੱਧਰ ਬਈ ਜਿਹੜਾ ਬੱਚਾ ਗਾ ਇਹ ਸੁੱਤਾ ਪਿਆ ਹਜੇ ਇਹਨੂੰ ਆਪਾਂ ਥੋੜ੍ਹੇ ਟਾਈਮ ਤੱਕ ਫੀਡ ਦੇਵਾਂਗੇ ਅਤੇ ਬਈ ਇੱਧਰ ਦੇਖੋ ਆਪਣੇ ਕੋਕਟੇਲ ਦੋਨੇ ਇਕੱਠੇ ਬੈਠਣ ਲੱਗ ਗਏ ਅਤੇ ਜਲਦੀ ਇਹਨਾਂ ਦਾ ਪੇਅਰ ਬਣਿਆ ਹੋਇਆ ਆਪਾਂ ਇਹਨਾਂ ਵਾਸਤੇ ਜਲਦੀ ਬਰੀਡਿੰਗ ਬੋਕਸ ਲਾ ਦਾਂਗੇ ਕਈ ਭਾਈ ਕਹਿੰਦੇ ਸੀਗੇ ਇਹਨਾਂ ਵਾਸਤੇ ਵੱਡਾ ਬਰੀਡਿੰਗ ਬੋਕਸ ਲਾਓ ਉਹਦੇ 'ਚ ਇਹ ਬਰੀਡਿੰਗ ਕਰਨਗੇ ਤਾਂ ਬਈ ਆਪਾਂ ਜਲਦੀ ਔਡਰ ਦਿੰਦੇ ਹਾਂ ਅੱਜ ਹੀ ਦੇ ਦਾਂਗੇ ਔਡਰ ਤਾਂ ਇਹਨਾਂ ਵਾਸਤੇ ਜਲਦੀ ਆ ਜਾਓ ਬਰੀਡਿੰਗ ਬੋਕਸ ਬਾਕੀ ਆਪਣੇ ਬਜੀਫ ਬਿਲਕੁਲ ਠੀਕ ਠਾਕ ਨੇ ਆ ਕੇਜ ਦੇ ਵਿੱਚ ਜਮ੍ਹਾਂ ਖੁਸ਼ ਨੇ ਹੁਣ ਸਾਰੇ ਬਰਡ ਜਮ੍ਹਾਂ ਕੰਫਰਟੇਬਲ ਹੋ ਗਏ ਛੋਟੀਆਂ ਚਿੜੀਆਂ ਵੀ ਜਮ੍ਹਾਂ ਠੀਕ ਠਾਕ ਨੇ ਆਪਣੀਆਂ ਤਾਂ ਸਾਰੇ ਕੁੱਲ ਮਿਲਾ ਕੇ ਬਈ ਉਹਦੇ ਸਾਰੇ ਜਾਨਵਰ ਜਮ੍ਹਾਂ ਸੈੱਟ ਨੇ ਇੱਕ ਦੂਜੇ ਨਾਲ ਵਧੀਆ ਖੇਡਦੇ ਆ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਹੈਗਾ ਇੱਥੇ ਅਤੇ ਇੱਧਰ ਫਰਮੇ ਰੰਗੀ ਚਿੜੀ ਵੀ ਦੇਖ ਲਓ ਆਪਣੀ ਇਹ ਵੀ ਜਮ੍ਹਾਂ ਠੀਕ ਠਾਕ ਆ ਇਹ ਵੀ ਵਧੀਆ ਡਾਰੀਆਂ ਲਾਉਂਦੀਆਂ ਹੁਣ ਤਾਂ ਬਈ ਓਕੇ ਆ ਇੱਥੋਂ ਦੀ ਰਿਪੋਰਟ ਅਤੇ ਆ ਜਾਓ ਹੁਣ ਆਪਾਂ ਮਾੜਾ ਅੱਗੇ ਚੱਲਦੇ ਹਾਂ ਇਹਨੂੰ ਹਲੇ ਸੌਂ ਲੈਣ ਦੇ ਬਾਅਦ 'ਚ ਫੀਡ ਕਰਾਵਾਂਗੇ ਆਪਾਂ ਇਹਨੂੰ ਚਲੋ ਆਪਾਂ ਬਾਹਰ ਚੱਲਦੇ ਇੱਥੋਂ ਅਤੇ ਮੈਂ ਤੁਹਾਨੂੰ ਆਹੀ ਦਿਖਾਉਣਾ ਸੀਗਾ ਆ ਜਾਓ ਅੱਗੇ ਚੱਲੀਏ ਆ ਜਾਓ ਆ ਜਾਓ ਆ ਜਾਓ ਆ ਜਾਓ ਸਾਰੇ ਆ ਜਾਓ ਬਈ ਇਹਨਾਂ ਨੂੰ ਆਪਾਂ ਜਾਲੀ ਉੱਤੋਂ ਦੀ ਫਿੜ ਦਿੰਦੇ ਹਾਂ ਬਰਸੀਨ ਇਹ ਚੱਕੋ ਬਈ ਖਾਓ ਤਾਂ ਬਈ ਇਹ ਨੇ ਖਾਂਦੇ ਆ ਬਰਸੀਨ ਅਤੇ ਚਲੋ ਆਪਾਂ ਆਪਣੇ ਚੂਚਿਆਂ ਨੂੰ ਛੱਡ ਦਈਏ ਖਾਣ ਦਿਓ ਇਹਨਾਂ ਨੂੰ ਮਿੱਤਰੋ ਅਫੀਲ ਮੁਰਗਿਆਂ ਦਾ ਵੀ ਆਪਾਂ ਜਿੰਦਾ ਖੋਲ ਲਿਆ ਅਤੇ ਇੱਕ ਵੀਰ ਕਹਿੰਦਾ ਸੀ ਬਈ ਇਹਨਾਂ ਨੂੰ ਬਾਹਰ ਕੱਢਿਆ ਕਰੋ ਜੱਸੀ ਕਹਿੰਦਾ ਸੀ ਤਾਂ ਬਈ ਅੱਜ ਆਪਾਂ ਇਹਨਾਂ ਨੂੰ ਬਾਹਰ ਕੱਢਣ ਲੱਗੇ ਹਾਂ ਬਹੁਤ ਦਿਨਾਂ ਬਾਅਦ ਜਿੱਦਾਂ ਦੇ ਆਏ ਨੇ ਇਹ ਪਹਿਲਾਂ ਮਾਸਟਰ ਕੇਚ ਸੀ ਉਦੋਂ ਬਾਅਦ ਇੱਧਰ ਸ਼ਿਫਟ ਕਰਤੇ ਤਾਂ ਬਈ ਅੱਜ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਬਾਹਰ ਕੱਢਾਂਗੇ ਤਾਂ ਬਈ ਆਹ ਕੋਈ ਸਬਜ਼ੀ ਆ ਇਹ ਮੈਂ ਇੱਥੇ ਰੱਖ ਦਿੰਦਾ ਇਹ ਖਾ ਲੈਣਗੇ ਆ ਜਾਓ ਬਈ ਆ ਗਏ ਬਈ ਆਪਣੇ ਅਫੀਲ ਚੂਚੇ ਵੀ ਬਾਹਰ ਆ ਗਏ ਬਹੁਤ ਦਿਨਾਂ ਬਾਅਦ ਬਾਹਰ ਆਏ ਨੇ ਮਿੱਤਰੋ ਹੀਰ ਅਤੇ ਰਾਂਝਾ ਵੀ ਬਹੁਤ ਸ਼ੌਂਕੀ ਨੇ ਖਾਣ ਦੇ ਬਰਸੀਨ ਤਾਂ ਆਪਾਂ ਇਹਨਾਂ ਨੂੰ ਕੀ ਕਰਦੇ ਹਾਂ ਕੁੰਡੇ 'ਚ ਪਾ ਲੈਂਦੇ ਹਾਂ ਉਹ ਕੁੰਡਾ ਪਿਆ ਵਿੱਚ ਪਾਣੀ ਪਾ ਦਾਂਗੇ ਆ ਜਾਓ ਬਈ ਪਾਣੀ ਦਿਖਿਆ ਨਹੀਂ ਇਹ ਨਾਲ ਦੀ ਨਾਲ ਚੱਲ ਪੈਂਦੀਆਂ ਨੇ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਆਹ ਦੇਖੋ ਬਈ ਕਿਵੇਂ ਭੱਜੀਆਂ ਆਉਂਦੀਆਂ ਨੇ ਦੇਖੋ ਤਾਂ ਹੁਣ ਆਪਾਂ ਕੀ ਕਰਦੇ ਹਾਂ ਇਹਨਾਂ ਨੂੰ ਆਉਣ ਦੇ ਇਹਨੂੰ ਆਪਾਂ ਚੱਕ ਕੇ ਨਾ ਪਾਣੀ 'ਚ ਪਾ ਦਿੰਦੇ ਹਾਂ ਇਹ 'ਚ ਖਾਣਗੀਆਂ ਇਹ ਦੇਖੋ ਇਹ ਕੋਈ ਵੀ ਖੁਰਾਕ ਆ ਪਾਣੀ 'ਚ ਪਾਈ ਹੋਈ ਬਹੁਤ ਸ਼ੌਂਕ ਨਾਲ ਖਾਂਦੀਆਂ ਨੇ ਬਾਬਿਓ ਅਤੇ ਚਲੋ ਹੁਣ ਇਹਨਾਂ ਨੂੰ ਵੀ ਖਾਣ ਦਿਓ ਆ ਜਾਓ ਹੁਣ ਆਪਾਂ ਆਪਣੇ ਕਬੂਤਰਾਂ ਕੋਲ ਚੱਲਦੇ ਹਾਂ ਨਵੇਂ ਅਤੇ ਪੁਰਾਣੇ ਸਾਰਿਆਂ ਕੋਲ ਆ ਜਾਓ ਚੱਲੀਏ ਅੱਜ ਬਾਬੇ ਮੌਸਮ ਬਹੁਤ ਘੈਂਟ ਆ ਜਮ੍ਹਾਂ ਸਾਫ਼ ਹੋਇਆ ਪਿਆ ਉੱਤੇ ਦੇਖੋ ਆਸਮਾਨ ਵੀ ਜਮ੍ਹਾਂ ਕੋਈ ਮਿੱਟੀ ਘੱਟਾ ਨਹੀਂ ਹੈਗਾ ਕੁਛ ਨਹੀਂ ਹੈਗਾ ਅਤੇ ਚਲੋ ਅੱਜ ਆਪਾਂ ਆਪਣੇ ਦੋ ਕਬੂਤਰ ਉਡਾ ਦਿੰਦੇ ਹੈਗੇ ਅਤੇ ਨਾਲੇ ਆਪਾਂ ਰੱਤੀ ਨੂੰ ਵੀ ਦੇਖਦੇ ਹਾਂ ਨਾਲ ਛੱਡਾਂਗੇ ਅੱਜ ਹਾਂ ਬਈ ਠੀਕ ਠਾਕ ਹੋ ਸਾਰੇ ਲੜੇ ਲੁੜੇ ਤਾਂ ਨਹੀਂ ਆਹ ਆਹ ਆ ਜਾਓ ਬਈ ਆ ਜਾਓ ਆ ਜਾਓ ਲਓ ਮਿੱਤਰੋ ਕਬੂਤਰ ਬਈ ਆਪਣੇ ਸਾਰੇ ਬਾਹਰ ਆ ਕੇ ਬਹਿ ਜਾਓ ਕਿਤੇ ਉੱਡ ਵੀ ਨਾ ਜਾਇਓ ਤੁਹਾਨੂੰ ਤਾਂ ਫੜ ਕੇ ਉਡਾਵਾਂਗੇ ਅੱਜ ਤਿੰਨ ਨੂੰ ਤਾਂ ਬਈ ਇਹਨਾਂ ਦੇ ਵਿੱਚੋਂ ਆਪਾਂ ਤਿੰਨ ਕਬੂਤਰ ਉਡਾਉਣੇ ਆ ਅੱਜ ਦੋ ਆਪਣੇ ਪੁਰਾਣੇ ਇੱਕ ਆਪਣਾ ਨਵਾਂ ਰਸਤਾ ਇੱਕ ਬਈ ਬਹੁਤ ਦਿਨਾਂ ਤੋਂ ਕਹੀ ਜਾਂਦਾ ਸੀ ਬਈ ਰੱਤੇ ਨੂੰ ਉਡਾਓ ਤਾਂ ਬਈ ਅੱਜ ਆਪਾਂ ਰੱਤੇ ਨੂੰ ਉਡਾਵਾਂਗੇ ਅਤੇ ਨਾਲੇ ਤੁਹਾਨੂੰ ਜਿਹੜੇ ਆਪਾਂ ਨਵੇਂ ਕਬੂਤਰ ਲਿਆਉਂਦੇ ਨੇ ਉਹਨਾਂ ਦਾ ਸ਼ੌਂਕ ਕਰਾਵਾਂਗੇ ਇਕੱਲਾ ਇਕੱਲਾ ਕਰਕੇ ਅਤੇ ਬਈ ਉਸ ਤੋਂ ਪਹਿਲਾਂ ਇਹਨਾਂ ਨੂੰ ਮਾੜਾ ਜਿਹਾ ਰਿਲੈਕਸ ਹੋਣ ਦਿਓ ਅਤੇ ਆਪਾਂ ਆਪਣੀ ਮੁਰਗੀ ਦੇਖ ਲਈਏ ਨਾਲੇ ਟਰਕੀ ਦੇ ਬੱਚੇ ਲਓ 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 ਖਾਓ 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 ਬਈ ਖਾਓ ਮੁਰਗੀ ਬਈ ਬਿਲਕੁਲ ਠੀਕ ਠਾਕ ਆ ਸਾਰੇ ਬੱਚੇ ਵੀ ਬਿਲਕੁਲ ਠੀਕ ਠਾਕ ਨੇ ਵਧੀਆ ਗਰੋਥ ਹੋਈ ਜਾਂਦੀ ਆ ਦਾਣਾ ਪਾਣੀ ਇਹਨਾਂ ਕੋਲੇ ਪਿਆ ਗਾ ਚਲੋ 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 ਉਡਾਈਏ ਤੁਹਾਨੂੰ ਕਬੂਤਰ ਬਈ ਬਾੜ ਦੇ ਸਾਰੇ ਅੰਦਰ ਅਤੇ ਚਲੋ ਮੈਂ ਪਹਿਲਾਂ ਅੰਦਰ ਵੜ ਕੇ ਨਾ ਗੇਟ ਭੇਟ ਦਾ ਫਿਰ ਆਪਾਂ ਫੜ ਫੜ ਕੇ ਇਕੱਲੇ ਇਕੱਲੇ ਨੂੰ ਉਡਾ ਦਾਂਗੇ ਅਤੇ ਇੱਧਰ ਇਹਨੇ ਆਂਡੇ ਵਿਚਾਲੀ ਧਰ ਲਏ ਬਹੁਤ ਦਿੱਕਤ ਦਿੰਦੇ ਨੇ ਪਹਿਲਾਂ ਬਈ ਆਪਾਂ ਫੜਦੇ ਹਾਂ ਆਹ ਕਬੂਤਰ ਨੂੰ ਇਹਨੂੰ ਉਡਾਵਾਂਗੇ ਅਤੇ ਚਲੋ ਮੈਂ ਬਾਹਰ ਲੈ ਕੇ ਚੱਲਦਾ ਆ ਜਾ ਵੀ ਮੈਂ ਤੇਰਾ ਤੈਨੂੰ ਉਡਾਈਏ ਤਾਂ ਮੈਂ ਮਾੜਾ ਜਿਹਾ ਫਿੱਟ ਕਰਕੇ ਫੜ ਲਾਂ ਇਹਨੂੰ ਇਹਦੇ ਪੰਜੇ ਜਮ੍ਹਾਂ ਸਹੀ ਕਰ ਲਾਂ ਤਾਂ ਕਿ ਇਹਨੂੰ ਉੱਡਣ 'ਚ ਕੋਈ ਦਿੱਕਤ ਨਾ ਹੋਵੇ ਤਾਂ ਬਈ ਲੈਊ ਮੈਂ ਛੱਡਣ ਲੱਗਿਆ ਇਹਨੂੰ ਲੈ ਕੇ ਰੱਬ ਦਾ ਨਾਂ ਇਹ ਇਹ ਜਾ ਬਾਈ ਤਾਂ ਬਈ ਉਹ ਉੱਡ ਗਿਆ ਆਪਣਾ ਇੱਕ ਕਬੂਤਰ ਆ ਜਾਂਦਾ ਠੱਪੇ ਮਾਰਦਾ ਅਤੇ ਚਲੋ ਇਹਨੂੰ ਲਾਉਣ ਦਿਓ ਗੇੜਾ ਆਪਾਂ ਦੂਜਾ ਫੜ ਲਈਏ ਆਪਣਾ ਤਾਂ ਬਈ ਅੱਜ ਆਪਾਂ ਤੁਹਾਡੇ ਸਾਹਮਣੇ ਰੱਤੇ ਨੂੰ ਛੱਡਣ ਲੱਗੇ ਹਾਂ ਇਹ ਆਹ ਸੀ ਆਪਣਾ ਰੱਤਾ ਆਹ ਫੜ ਲਿਆ ਆਪਾਂ ਅਤੇ ਚਲੋ ਇਹਨੂੰ ਵੀ ਬਾਹਰ ਲੈ ਕੇ ਚੱਲਦੇ ਹਾਂ ਆ ਲਓ ਬਈ ਉਹ ਕਬੂਤਰ ਆ ਫਿਰਦਾ ਆਪਣਾ ਆ ਗਿਆ ਗੇੜਾ ਪਾ ਕੇ ਇਹ ਆ ਹੁੰਦਾ ਤਿੰਨ ਮੈਂ ਰੱਤੇ ਨੂੰ ਛੱਡਦਾ ਇਹਦੇ ਨਾਲ ਇਹ ਜਾ ਵੀ ਰੱਤਿਆ ਬਈ ਰੱਤਾ ਉੱਡਿਆ ਚੱਲ 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 ਪਾ ਗੜਾ ਪਾ ਲਿਆ ਬਈ ਪਾ ਲਿਆ ਆਹ ਉਡਾਤਾ ਮਿੱਤਰੋ ਅੱਜ ਆਪਾਂ ਰੱਤਾ ਇੱਕ ਕਬੂਤਰ ਪੁਰਾਣਾ ਇੱਕ ਨਵਾਂ ਬਈ ਆਪਾਂ ਬੱਚਾ ਪਹਿਲੀ ਵਾਰ ਉਡਾਇਆ ਗਾ ਉਹਦੇ ਉੱਡ ਗਿਆ ਸੀ ਅੱਜ ਦੇਖੋ
ਕਿਵੇਂ ਉੱਡਦਾ ਇਹ ਕਿਵੇਂ ਨਹੀਂ ਕਿੰਨਾ ਟਾਈਮ ਉੱਡਦਾ ਗਾ ਤਾਂ ਬਈ ਗੇੜੇ ਪਾਉਣ ਲੱਗ ਗਿਆ ਇੱਕ ਆਪਾਂ ਹੋਰ ਛੱਡ ਦਈਏ ਉਹ ਬੱਚਿਆਂ ਵਾਲਾ ਛੱਡ ਦਿੰਦੇ ਹਾਂ ਪਾ ਬੈਠਾ ਆਹ ਫੜ ਲਿਆ ਬਈ ਆਪਾਂ ਬੱਚਿਆਂ ਵਾਲਾ ਤੇ ਖੱਟੀਆਂ ਅੱਖਾਂ ਦਾ ਬਈ ਕਬੂਤਰ ਇਹ ਕਬੂਤਰ ਬਹੁਤ ਸੋਹਣਾ ਉੱਡਦਾ ਗਾ ਤੇ ਪੂਰਾ ਘੈਂਟ ਉੱਡਦਾ ਕਬੂਤਰ ਚਲੋ ਆਪਾਂ ਇਹਨੂੰ ਵੀ ਛੱਡ ਦਿੰਦੇ ਹਾਂ ਚਲੋ ਗੇਟ ਵੀ ਆਪੇ ਖੁੱਲ ਗਿਆ ਚੱਲ ਬਾਈ ਲਓ ਮਿੱਤਰੋ ਆਹ ਵੀ ਚੜ ਗਿਆ ਬਈ ਲੱਗ ਗਿਆ ਗੇੜੇ ਪਾਉਣ ਤਾਂ ਆਪਾਂ ਬਈ ਤਿੰਨ ਛੱਡਤੇ ਅੱਜ ਪੂਰੇ ਤਿੰਨ ਆਹ ਫਿਰਦੇ ਬਈ ਆਪਣੇ ਦੋਨੇ ਕਬੂਤਰ ਤਾਂ ਪਰ ਰੱਤਾ ਜਮ੍ਹਾਂ ਉੱਤੇ ਚੜ ਰਿਹਾ ਸਾਰਿਆਂ ਨਾਲ ਉੱਤੇ ਫਿਰਦਾ ਬਈ ਉਹ ਫਿਰਦਾ ਇਹਨਾਂ ਦੇ ਉੱਤੇ ਇਹ ਦੀਂਦਾ ਹੀ ਹੋਊ ਤੁਹਾਨੂੰ ਇਹ ਉਹ ਫਿਰਦਾ ਬਈ ਰੱਤਾ ਬਹੁਤ ਸੋਹਣਾ ਉੱਡਦਾ ਕਬੂਤਰ ਆਹ ਬੱਚੇ ਨੂੰ ਫੜ ਲੈਂਦੇ ਹਾਂ ਰੂਮ ਵੀ ਆਪਾਂ ਇਹਨੂੰ ਛਾਤਰੀ 'ਤੇ ਲਾਉਣਾ ਹੈਗਾ ਤਾਂ ਇਹ ਬਾਇਓ ਫੜ ਲੈਂਦੇ ਗਿਟਕੂ ਜਿਹਾ ਹੱਥ 'ਚ ਵੀ ਨਹੀਂ ਆਉਂਦਾ ਯਾਰ ਬਸ 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 ਤਾਂ ਬਈ ਆਪਾਂ ਆਹ ਬੱਚਾ ਫੜ ਲਿਆ ਜਿਹਦੀ ਗਿੱਟੀਆਂ ਲਾਈਆਂ ਹੋਈਆਂ ਨੇ ਅਤੇ ਇਹਨੂੰ ਆਪਾਂ ਛਾਤਰੀ 'ਤੇ ਬੰਨ ਦਿੰਦੇ ਹਾਂ ਲਓ ਬਈ ਖੁੱਡੇ 'ਚੋਂ ਕੱਢ ਕੇ ਆਪਾਂ ਹਰੀਆਂ ਅੱਖਾਂ ਵਾਲਾ ਬੱਚਾ ਛਾਤਰੀ 'ਤੇ ਬੰਨ ਲਿਆ ਅਤੇ ਇਹਨੂੰ ਛਾਤਰੀ 'ਤੇ ਟੰਗ ਦਿੰਦੇ ਹਾਂ ਅਤੇ ਇੱਥੇ ਇਹ ਚੱਕ ਵੀ ਤਾਂ ਕਿ ਆਪਣਾ ਬਈ ਰੱਤਾ ਕਬੂਤਰ ਕਿਤੇ ਇੱਧਰ ਉੱਧਰ ਨਾ ਭੱਜੇ ਤਾਂ ਇਹਨੂੰ ਮੈਂ ਕੱਸ ਦਿੰਦਾ ਇਹ ਚੱਕੋ ਬਈ ਲਓ ਬਾਬਿਓ ਆਪਾਂ ਛਾਤਰੀ 'ਤੇ ਵੀ ਬੱਚਾ ਬੰਨ ਤਾ ਬਈ ਹਰੀਆਂ ਅੱਖਾਂ ਵਾਲਾ ਤਿੰਨ ਆਪਾਂ ਡਾ ਰੱਖੇ ਨੇ ਦੋ ਪੁਰਾਣੇ ਇੱਕ ਨਾ ਆਪਣਾ ਨਵਾਂ ਰੱਤਾ ਅਤੇ ਇੱਧਰ ਬਈ ਮੈਂ ਪਿੰਜਰਾ ਲਿਆਇਆ ਖੁੱਡੇ ਦੇ ਕੋਲੇ ਹੁਣ ਤੁਹਾਨੂੰ ਮੈਂ ਆਪਣੇ ਕਬੂਤਰਾਂ ਦਾ ਸ਼ੌਂਕ ਕਰਵਾਉਣਾ ਉਹਨਾਂ ਨੂੰ ਉੱਡਣ ਦਿਓ ਆ ਜਾਓ ਆਪਾਂ ਇਹਨਾਂ ਨੂੰ ਫੜਦੇ ਹਾਂ ਪਹਿਲਾਂ ਤਾਂ ਮਿੱਤਰੋ ਆਹ ਕਬੂਤਰ ਫੜ ਲਿਆ ਬਈ ਮੈਂ ਇਹ ਲਾਲ ਚੀਨਾ ਕਬੂਤਰ ਆ ਖੱਟੀਆਂ ਅੱਖਾਂ ਦਾ ਕਬੂਤਰ ਆ ਬਈ ਲਾਲ ਹੀ ਇਹਦੀ ਨੋਕ ਆ ਦੇਖੋ ਤੁਸੀਂ ਅਤੇ ਚਲੋ ਮੈਂ ਤੁਹਾਨੂੰ ਇਹਦਾ ਸ਼ੌਂਕ ਕਰਵਾਉਣਾ ਇਕੱਲੇ ਇਕੱਲੇ ਦਾ ਸ਼ੌਂਕ ਕਰਵਾਊਂ ਬਈ ਛੱਡ ਕੇ ਅੱਜ ਚੰਗੀ ਤਰ੍ਹਾਂ ਤੁਸੀਂ ਸਾਰੇ ਭਾਈ ਕਹਿੰਦੇ ਵੀਡੀਓ ਵੱਡੀ ਬਣਾਇਆ ਕਰੋ ਵੀਡੀਓ ਵੱਡੀ ਬਣਾਇਆ ਕਰੋ ਤਾਂ ਬਈ ਅੱਜ ਆਪਾਂ ਥੋੜ੍ਹੀ ਵੀਡੀਓ ਵੱਡੀ ਹੋ ਜੇ ਪਰ ਕੋਈ ਚੱਕਰ ਨਹੀਂ ਕਬੂਤਰ ਦੇਖੋ ਬਈ ਤੁਸੀਂ ਪਹਿਲਾਂ ਆਹ ਕਬੂਤਰ ਲਿਆਂਦਾ ਬਈ ਆਪਾਂ ਨਵਾਂ ਲਾਲ ਚੀਨਾ ਕਬੂਤਰ ਆ ਲਾਲ ਹੀ ਇਹਦੀ ਨੋਕ ਆ ਲਾਲ ਹੀ ਇਹਦੇ ਪੰਜੇ ਨੇ ਬਈ ਤਾਂ ਬਈ ਤੁਸੀਂ ਆਹ ਕਬੂਤਰ ਦੇਖ ਲਿਆ ਹੁਣ ਆਪਾਂ ਇਹਦੇ ਅੰਦਰ ਦੂਜਾ ਕਬੂਤਰ ਛੱਡਦੇ ਹਾਂ ਆਜੋ ਹੁਣ ਆਪਾਂ ਦੂਜੇ ਨੂੰ ਫੜ ਲਈਏ ਦੂਜਾ ਬਈ ਆ ਰਿਹਾ ਠੱਲ ਵਾਲਾ ਕਬੂਤਰ ਇਹ ਵੀ ਖੱਟੀਆਂ ਅੱਖਾਂ ਦਾ ਹੈਗਾ ਇਹਨੂੰ ਵੀ ਆਪਾਂ ਬਾਹਰ ਲੈ ਕੇ ਚੱਲਦੇ ਹਾਂ ਆਹ ਦੇਖੋ ਬਈ ਆ ਇਹਦੇ ਠੱਲ ਪਈ ਹੋਈ ਆ ਆਹ ਨੰਬਰ ਦੀ ਚਾਰ ਨੰਬਰ ਅਤੇ ਇੱਧਰੋਂ ਇੱਕੋ ਇੱਕ ਚੀਜ਼ ਹੋਰ ਲਿਖੀ ਹੋਈ ਹੈ ਇਹਦੇ ਤਾਂ ਇਹਨੂੰ ਵੀ ਬਈ ਮੈਂ ਇਹਦੇ ਅੰਦਰ ਛੱਡਣ ਲੱਗਿਆ ਓਹੋ ਉਹ ਨਿਕਲ ਕੇ ਭੱਜ ਗਿਆ ਯਾਰ ਆਪਣਾ ਇੱਕ ਮਿੰਟ ਉਹਨੂੰ ਹੀ ਲਿਆਉਣਾ ਮੈਂ ਫੜ ਕੇ ਪਹਿਲਾਂ ਚੱਲ ਬਈ ਕਿੱਧਰ ਭੱਜ ਗਿਆ ਸੀ ਹੈ ਤਾਂ ਬਈ ਆ ਰਿਹਾ ਆਪਣਾ ਠੱਲ ਵਾਲਾ ਕਬੂਤਰ ਖੱਟੀਆਂ ਅੱਖਾਂ ਨੇ ਠਾਲੇ 'ਤੇ ਪਈ ਹੋਈ ਆ ਆਹ ਕਬੂਤਰ ਆ ਬਈ ਦੂਜਾ ਇਹ ਕਬੂਤਰ ਆ ਆਹ ਲਾਲ ਚੀਨਾ ਹੁਣ ਮੈਂ ਲਿਆਉਣਾ ਤੀਜੇ ਨੂੰ ਫੜ ਕੇ ਇਹਨੂੰ ਮੈਂ ਮਾੜਾ ਜਿਹਾ ਲਾ ਦਾਂ ਕਿਤੇ ਬਾਹਰ ਨਾ ਨਿਕਲ ਜਾਣ ਤੀਜਾ ਰਿਹਾ ਆਪਣਾ ਲੰਬਾ ਕਬੂਤਰ ਜਿਹੜਾ ਸਾਰਿਆਂ ਨਾਲੋਂ ਲੰਬਾ ਕਬੂਤਰ ਆ ਬਈ ਆਹ ਬੈਠਾ ਇਹ ਆਹ ਬੈਠਾ ਇਹਨੂੰ ਲੈ ਕੇ ਚੱਲਦੇ ਆਪਾਂ ਬਾਹਰ ਇੱਧਰ ਦੇਖੋ ਮਿੱਤਰੋ ਆਹ ਆਪਣਾ ਖੱਟੀਆਂ ਅੱਖਾਂ ਦਾ ਕਬੂਤਰ ਆ ਕਬੂਤਰ ਆਪਣੇ ਤਿੰਨੇ ਖੱਟੀਆਂ ਅੱਖਾਂ ਦੇ ਨੇ ਬਈ ਲੰਬਾ ਬਹੁਤ ਆ ਇਹ ਕਬੂਤਰ ਅਤੇ ਚਲੋ ਆਪਾਂ ਇਹਨੂੰ ਇਹਦੇ ਵਿੱਚ ਛੱਡ ਦਿੰਦੇ ਹਾਂ ਆ ਲਓ ਬਈ ਆਹ ਛੱਡਤਾ ਦੇਖੋ ਬਈ ਸਾਰਿਆਂ ਨਾਲੋਂ ਅੱਡ ਦਿਖਦਾ ਕਬੂਤਰ ਕਬੂਤਰ ਦੀ ਖੜਨੀ ਦੇਖੋ ਅਤੇ ਕਬੂਤਰ ਦੀ ਲੈਂਥ ਦੇਖੋ ਇੱਧਰੋਂ ਆਹ ਲਾਲ ਚੀਨੇ ਦੀ ਵੀ ਖੜਨੀ ਦੇਖੋ ਅਤੇ ਇੱਧਰ ਆਹ ਥੋੜ੍ਹਾ ਜਿਹਾ ਠੱਲ ਵਾਲਾ ਕਬੂਤਰ ਥੋੜ੍ਹਾ ਜਿਹਾ ਨਰਵਸ ਹੋਇਆ ਖੜਾ ਤਾਂ ਬਾਈ ਕਬੂਤਰ ਦੇਖੋ ਆਪਣੇ ਕਿੰਨੇ ਸਿਰਾਣੇ ਕਿੰਨੇ ਬੰਬ ਕਬੂਤਰ ਨੇ ਸਾਰੇ ਉਹਦੀ ਕਾਲੀ ਨੋਕ ਆ ਅਤੇ ਸੁਰਮੇ ਰੰਗੀ ਉਹਦੀ ਧੌਣ ਆ ਅਤੇ ਲੰਬਾ ਬਹੁਤ ਆ ਕਬੂਤਰ ਬਈ ਸਾਰੇ ਕਬੂਤਰਾਂ ਨਾਲੋਂ ਲੰਬਾ ਕਬੂਤਰ ਆ ਦੇਖੋ ਤਾਂ ਬਈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜਿਹੜਾ ਆਪਣਾ ਉਹ ਲੰਬਾ ਕਬੂਤਰ ਆ ਹਨਾ ਉਹਦਾ ਇੱਕ ਕਬੂਤਰੀ ਨਾਲ ਨਾ ਜੋੜਾ ਲੱਗ ਰਿਹਾ ਮੈਂ ਕੱਲ੍ਹ ਹੀ ਦੇਖਿਆ ਅਤੇ ਉਹ ਕਬੂਤਰੀ ਆਹ ਆ ਗਈ ਮੈਂ ਤੁਹਾਨੂੰ ਦਿਖਾਉਣਾ ਹੁਣੀ ਇਹ ਜਿਹੜੀ ਆਪਾਂ ਨਵੀਂ ਕਬੂਤਰੀ ਲਿਆਏ ਨਾ ਆਹ ਤਾਂ ਬਈ ਇਹਦੇ ਨਾਲ ਜੋੜਾ ਉਹਦਾ ਲੱਗਿਆ ਲਗਾਇਆ ਆਇਆ ਜਿਹੜੇ ਆਪਾਂ ਦੂਜੇ ਪਿੰਜਰੇ 'ਚੋਂ ਕਬੂਤਰ ਕਢਾਏ ਸੀ ਉਹਦੇ ਵਿੱਚ ਸੀ ਆ ਕਬੂਤਰੀ ਤਾਂ ਬਈ ਇਹਦਾ ਵੀ ਜੋੜਾ ਲੱਗਿਆ ਲਗਾਇਆ ਆਹ ਕਬੂਤਰੀ ਨਾਲ ਤਾਂ ਤੁਸੀਂ ਦੱਸੋ ਜੇ ਬਈ ਆਪਾਂ ਇਹਦਾ ਜੋੜਾ ਬਦਲਣਾ ਤਾਂ ਆਪਾਂ ਪਾੜ ਕੇ ਕਿਸੇ ਹੋਰ ਨਾਲ ਲਾ ਦਾਂਗੇ ਅਤੇ ਜੇ ਤੁਹਾਨੂੰ ਐਂ ਲੱਗਦਾ ਵੀ ਆਹ ਲੰਬੇ ਕਬੂਤਰ ਦਾ ਜੋੜਾ ਆ ਚਿੱਟੀਆਂ ਅੱਖਾਂ ਵਾਲੀ ਕਬੂਤਰੀ ਨਾਲ ਸੈੱਟ ਆ ਕੋਈ ਲੋੜ ਨਹੀਂ ਬਦਲਣ ਦੀ ਤਾਂ ਆਪਾਂ ਇਹਦੇ ਨਾਲ ਹੀ ਰੱਖਾਂਗੇ ਅਤੇ ਉਹ ਜਿਹੜਾ ਲਾਲ ਚੀਨਾ ਕਬੂਤਰ ਆ ਉਹਦੇ ਵਾਸਤੇ ਇੱਕ ਕਬੂਤਰੀ ਦੱਸ ਦਿਓ ਵੀ ਉਹ ਕਬੂਤਰ ਨਾਲ ਆਪਾਂ ਕਿਹੜੀ ਕਬੂਤਰੀ ਲਾਈਏ ਇੱਕ ਬਾਈ ਕਹਿੰਦਾ ਸੀ ਬਈ ਲਾਲ ਚੀਨੀ ਕਬੂਤਰੀ ਦਾ ਵੀ ਸ਼ੌਂਕ ਕਰਵਾਇਓ ਤਾਂ ਬਈ ਆਹ ਦੇਖੋ ਬਈ ਲਾਲ ਸਿਰ ਵਾਲੀ ਕਬੂਤਰੀ ਇਹਨੂੰ ਵੀ ਮੈਂ ਛੱਡਣ ਲੱਗਿਆ ਦੇਖੋ ਤੁਸੀਂ ਆਹ ਬਈ ਖੱਟੀਆਂ ਅੱਖਾਂ ਦੀ ਆ ਤਾਂ ਤੁਸੀਂ ਦੱਸੋ ਬਈ ਆਪਾਂ ਆਹ ਲਾਲ ਚੀਨੀ ਨਾਲ ਕਿਹੜੇ ਕਬੂਤਰ ਦਾ ਜੋੜਾ ਲਾਈਏ ਤਾਂ ਇੱਕ ਕਬੂਤਰੀ ਰਹਿ ਗਈ ਤੁਹਾਨੂੰ ਮੈਂ ਉਹ ਦਿਖਾਉਣਾ ਹੁਣ ਆ ਜਾਓ ਅਤੇ ਮਿੱਤਰੋ ਆਹ ਹੈਗੀ ਆਪਣੀ ਆਖਰੀ ਕਬੂਤਰੀ ਜਿਹੜੀ ਆਪਾਂ ਇਹਨਾਂ ਦੇ ਨਾਲ ਲੈ ਕੇ ਆਏ ਹਾਂ ਤਿੰਨ ਕਬੂਤਰ ਅਤੇ ਤਿੰਨ ਹੀ ਕਬੂਤਰੀਆਂ ਇੱਕ ਕਬੂਤਰੀ ਆਹ ਚਿੱਟੀਆਂ ਅੱਖਾਂ ਵਾਲੀ ਇੱਕ ਉਹ ਲਾਲ ਸਿਰ ਵਾਲੀ ਅਤੇ ਇੱਕ ਉਹ ਪਿੱਛੇ ਬੈਠੀ ਚਿੱਟੀਆਂ ਅੱਖਾਂ ਵਾਲੀ ਮਤਲਬ ਦੋ ਚਿੱਟੀਆਂ ਅੱਖਾਂ ਵਾਲੀ ਨੇ ਇਹਨਾਂ 'ਚ ਇੱਕ ਖੱਟੀਆਂ ਅੱਖਾਂ ਵਾਲੀ ਆ ਅਤੇ ਇੱਧਰ ਲਈ ਇਹਨੂੰ ਇੱਧਰ ਕਰਾਂ ਮੈਂ ਇਹ ਆਹ ਬਈ ਤਿੰਨੇ ਕਬੂਤਰ ਨੇ ਆਹ ਬੈਠੇ ਅਤੇ ਪਿੱਛੇ ਇੱਧਰ ਤਿੰਨੇ ਕਬੂਤਰੀਆਂ ਨੇ ਤਾਂ ਮਿੱਤਰੋ ਆਹ ਆਪਾਂ ਕਬੂਤਰ ਲਏ ਹਾਂ ਅੱਜ ਤੁਹਾਨੂੰ ਸ਼ੌਂਕ ਕਰਵਾਤਾ ਕਈ ਇੱਕ ਬਾਈ ਕਹਿੰਦਾ ਸੀ ਬਈ ਲਾਲ ਚੀਨੇ ਦਾ ਸ਼ੌਂਕ ਕਰਵਾਇਓ ਇੱਕ ਕਹਿੰਦਾ ਸੀ ਬਈ ਲਾਲ ਸਰੀ ਕਬੂਤਰੀ ਦਾ ਸ਼ੌਂਕ ਕਰਾਇਓ ਤਾਂ ਬਈ ਮੈਂ ਤੁਹਾਨੂੰ ਸਾਰਿਆਂ ਦਾ ਸ਼ੌਂਕ ਕਰਵਾਤਾ ਅਤੇ ਤੁਸੀਂ ਇਹਨਾਂ 'ਚੋਂ ਦੇਖ ਕੇ ਦੱਸ ਦਿਓ ਬਈ ਕਿਹੜੀ ਦਾ ਜੋੜਾ ਕਿਹਦੇ ਨਾਲ ਲਾਈਏ ਧਿਆਨ ਨਾਲ ਦੇਖ ਲਓ ਸਾਰਿਆਂ ਨੂੰ
ਤਾਂ ਬਈ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜਿਵੇਂ ਤੁਸੀਂ ਕਹੋਗੇ ਆਪਾਂ ਇਹਨਾਂ ਦੇ ਜੋੜੇ ਉਵੇਂ ਹੀ ਲਾ ਦਾਂਗੇ ਬਾਕੀ ਮੈਂ ਤਾਂ ਅਮਨ ਵੀ ਸਲਾਹ ਕਰ ਲਾਂਗੇ ਕਿਹੜੀ ਦਾ ਕਿਹਦੇ ਨਾਲ ਲਾਉਣਾ ਤਾਂ ਬਈ ਆਹ ਦੇਖੋ ਬਈ ਆਹ ਆਪਣੇ ਨਵੇਂ ਕਬੂਤਰ ਨੇ ਅੱਜ ਤੁਹਾਨੂੰ ਬਈ ਇਹਨਾਂ ਦਾ ਵੀ ਸ਼ੌਂਕ ਕਰਵਾਤਾ ਅਤੇ ਇੱਧਰ ਮਿੱਤਰੋ ਦੇਖੋ ਆਪਣੀਆਂ ਫੈਂਸੀ ਦੀ ਜੋੜੀ ਨੇ ਦੋਨੇ ਬੱਚੇ ਕੱਢ ਲਏ ਬਈ ਤਾਂ ਪਿਛਲੀ ਵਾਰ ਬਈ ਇਹਦੇ ਆਂਡੇ ਦੋਨੇ ਖਰਾਬ ਹੋ ਗਏ ਸੀਗੇ ਆਪਾਂ ਨੂੰ ਬੱਚੇ ਦੇਖਣ ਨੂੰ ਨਹੀਂ ਮਿਲੇ ਇਸ ਵਾਰ ਬਈ ਇਹਨੇ ਬੱਚੇ ਕੱਢ ਲਏ ਤਾਂ ਉਮੀਦ ਆ ਪੂਰੇ ਬੱਚੇ ਵੀ ਇੰਨਾ ਵਾਂਗੂ ਸੋਹਣੇ ਜੇ ਹੋਣਗੇ ਜਮ੍ਹਾਂ ਇੱਕੋ ਜੇ ਪੈਰਾਂ 'ਤੇ ਮੋਜ ਵੀ ਇੰਨੀ ਇੰਨੀ ਹੋਊਗੀ ਤਾਂ ਬਈ ਇਹਨਾਂ ਦੇ ਬੱਚੇ ਵੀ ਨਿਕਲੇ ਆਏ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਉੱਤੇ ਬਈ ਆਪਣੀ ਕਮਾਂਡਲੀ ਦੇ ਦੋਨੇ ਬੱਚੇ ਬਿਲਕੁਲ ਠੀਕ ਠਾਕ ਨੇ ਤਾਂ ਮਿੱਤਰੋ ਇੱਧਰ ਅਫੀਲ ਚੂਚੇ ਅਤੇ ਸਾਰੇ ਬਈ ਬਾਹਰ ਹੀ ਫਿਰਦੇ ਨੇ ਆਹ ਕਬੂਤਰਾਂ ਨੂੰ ਚਲੋ ਮਿੱਤਰੋ ਆਪਾਂ ਹੁਣ ਖੋਲ੍ਹ ਦਈਏ ਤੁਹਾਨੂੰ ਇਹਨਾਂ ਦਾ ਸ਼ੌਂਕ ਮੈਂ ਕਰਵਾਤਾ ਸੀਗਾ ਅਤੇ ਇਹਨਾਂ ਨੂੰ ਆਪਾਂ ਇਕੱਲਾ ਇਕੱਲਾ ਕਰਕੇ ਇਹ ਅੰਦਰ ਚੱਲ ਜਾਣਗੇ ਇਹਨਾਂ ਦਾ ਪਿੰਜਰਾ ਮੈਂ ਇੱਥੇ ਰੱਖ ਦਿੰਦਾ ਤਾਂ ਚਲੋ ਬਈ ਚਲੋ ਬਈ ਚਲੋ ਚਲੋ ਆ ਗਏ ਬਈ ਉੱਡ ਅੱਡ ਕੇ ਆਪਣੇ ਬੱਚਾ ਵੀ ਆ ਗਿਆ ਮੈਨੂੰ ਤਾਂ ਐਂ ਸੀ ਟੱਪਣਾ ਜਾਵੇ ਕਿਤੇ ਪਰ ਬਈ ਬੱਚਾ ਆ ਗਿਆ ਆਪਣਾ ਮੁੜ ਕੇ ਦੋਨੇ ਕਬੂਤਰਾਂ ਦੇ ਨਾਲ ਆ ਫਿਰਦਾ ਨੀਵਾਂ ਨੀਵਾਂ ਅਤੇ ਬਈ ਹੁਣ ਉਮੀਦ ਆ ਪੂਰੀ ਉਤਰੇ ਆਉਣਗੇ ਹੋਰ ਇੱਕ ਉਮੀਦ ਆ ਵੀ ਇਹ ਛਤਰੀ 'ਤੇ ਉਤਰੂ ਦੇਖਦੇ ਹਾਂ ਕੀ ਬਣਦਾ ਛਤਰੀ 'ਤੇ ਉਤਰਦਾ ਕਿ ਥੱਲੇ ਉਤਰਦਾ ਇੱਧਰ ਬਈ ਆਪਣਾ ਇੱਕ ਕਬੂਤਰ ਤਾਂ ਉਤਰਿਆ ਆ ਦੂਜਾ ਕਾਲੀ ਛਾਤੀ ਵਾਲਾ ਉਤਰਨ 'ਤੇ ਅਤੇ ਤੀਜਾ ਰੱਤਾ ਹਾਲੇ ਉੱਤੇ ਹੀ ਆ ਅਤੇ ਇੱਧਰ ਮਿੱਤਰੋ ਆਪਣਾ ਕਾਲੀ ਛਾਤੀ ਵਾਲਾ ਕਾਲੀ ਪੂਛ ਵਾਲਾ ਕਬੂਤਰ ਵੀ ਉਤਰਨ 'ਤੇ ਆ ਰਿਹਾ ਜਮ੍ਹਾਂ ਨੀਵਾਂ ਹੋ ਚੁੱਕਿਆ ਅਤੇ ਬਈ ਆ ਗਿਆ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਬਹਿ ਗਿਆ ਬਈ ਲਓ ਬਈ ਬਈ ਦੋਨੇ ਕਬੂਤਰ ਉਤਰਿਆ ਪਰ ਆਪਣਾ ਰੱਤਾ ਕਬੂਤਰ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਆਹ ਬੈਠਾ ਇਹ ਦਿਖੇ ਹੀ ਨਹੀਂ ਮੈਨੂੰ ਪਤੰਦਰ ਤਾਂ ਬਈ ਰੱਤਾ ਵੀ ਉਤਰਿਆ ਆਪਣਾ ਪਰ ਇਹ ਛਾਤਰੀ 'ਤੇ ਨਹੀਂ ਉਤਰਿਆ ਬਈ ਥੱਲੀ ਉਤਰਿਆ ਅੱਜ ਪਹਿਲੀ ਵਾਰ ਉੱਡਿਆ ਸੀ ਇਹ ਤਾਂ ਆਪਾਂ ਬਈ ਇਹਨੂੰ ਡਾ ਕੇ ਥੋੜ੍ਹਾ ਟਾਈਮ ਤਾਰ ਲਈ ਚਲੋ ਖੁੱਡੇ 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 ਤਾਂ ਮਿੱਤਰੋ ਰੱਤਾ ਤਾਂ ਗਿਆ ਬਈ ਉੱਤੇ ਵਧੀਆ ਉੱਡਿਆ ਅੱਜ ਇਹ ਆ ਜਾਓ ਬਈ ਹੁਣ ਮੈਂ ਤੁਹਾਨੂੰ ਮਾਸਟਰ ਖੁੱਡੇ ਦੀ ਅਪਡੇਟ ਦੇ ਦਾਂ ਇਹਦਾ ਬਈ ਗੇਟ ਗੂਟ ਲੱਗ ਚੁੱਕਿਆ ਰੰਗ ਵੀ ਹੋ ਗਿਆ ਬਸ ਬਈ ਇਹਦੇ ਇੱਕ ਆਹਾ ਜੰਗਲਾ ਇੱਕ ਉਹ ਜੰਗਲਾ ਇਹ ਦੋਨੇ ਜੰਗਲੇ ਭਰਨ ਵਾਲੇ ਰਹਿੰਦੇ ਨੇ ਇੱਕ 'ਚ ਲੱਗੂ ਜਾਲੀ ਇੱਕ ਚਿੱਟਾ ਬਸ ਉਦੋਂ ਬਾਅਦ ਹੋਰ ਆਪਣਾ ਕੰਮ ਕੋਈ ਨਹੀਂ ਜਮ੍ਹਾਂ ਫਿਨਿਸ਼ ਹੈ ਇਹ ਤਾਂ ਆਪਾਂ ਇਹਦੇ ਅੰਦਰ ਆਪਣੇ ਕਬੂਤਰ ਨਵੇਂ ਅਤੇ ਪੁਰਾਣੇ ਸਾਰੇ ਇਹਦੇ ਵਿੱਚ ਛੱਡ ਦਾਂਗੇ ਤਾਂ ਚਲੋ ਮਿੱਤਰੋ ਹੁਣ ਆਪਾਂ ਆਪਣੇ ਬੱਚੇ ਨੂੰ ਤਾਰ ਲੈਂਦੇ ਹਾਂ ਹਨਾ ਬਹੁਤ ਟਾਈਮ ਹੋ ਗਿਆ ਪਿਛਲਾ ਪੈਰ ਆ ਰਿਹਾ ਬਈ ਆ ਜਾਓ ਫਟਾਫਟ ਆਪਾਂ ਬੱਚਾ ਤਾਰੀਏ ਕੀ ਕਰੀਏ ਅੰਦਰ ਬੱਚਾ ਵਾਹਵਾ ਹੋ ਗਿਆ ਹਨਾ ਯਾਰ ਆਹ ਬੱਚਾ ਤਾਂ ਮੈਨੂੰ ਲੱਗਦਾ ਯਾਰ ਕਬੂਤਰ ਤੇ ਜਾਊਗਾ ਜਮਾ ਰਜਾ ਰੱਖਿਆ ਬਈ ਕਬੂਤਰਾਂ ਨੇ ਕਬੂਤਰ ਤੇ ਜਾਊ ਬਈ ਆਹ ਬੱਚਾ ਤਾਂ ਦੂਜਾ ਪਿਓਰ ਚਿੱਟਾ ਹਨਾ ਉਹ ਪਿਓਰ ਚਿੱਟਾ ਬਣੂ ਉਹ ਬੈਠਾ ਆਹ ਤਾਂ ਕਬੂਤਰ ਤੇ ਜਾਊ ਬੱਚਾ ਬਈ ਦੇਖੋ ਕਿਹੋ ਜਿਹਾ ਬੱਚਾ ਬਣਦਾ ਬਈ ਥੱਲੇ ਵਾਲੀ ਚੁੰਝ ਇਹਦੀ ਕਾਲੀ ਆ ਅੱਖਾਂ ਤਾਂ ਹਲੇ ਕੱਢੂਗਾ ਤਾਂ ਪਤਾ ਲੱਗੂਗਾ ਆਹ ਬੱਚਾ ਬਈ ਪਿਓਰ ਚਿੱਟਾ ਬਣੂ ਜਮਾ ਦੇਖੋ ਆਹਦੀ ਮਾਂ ਤੇ ਜਾਊਗਾ ਅੱਖਾਂ ਦੇਖੋ ਗੀਦੇ ਦੇ ਜਾਂਦੀਆਂ ਨੇ ਦੋਨਾਂ ਦੀਆਂ ਚਲੋ ਆਪਾਂ ਨੂੰ ਬਿਠਾ ਦਿੰਦੇ ਇਹਨੂੰ ਵੀ ਬਿਠਾ ਦੇ ਕਰਤੇ ਅੰਦਰ ਮਾੜੇ ਪਿੱਛੇ ਜੇ ਕਰਕੇ ਬਿਠਾ ਦੇ ਮਿੱਤਰੋ ਸ਼ਾਮ ਦਾ ਟਾਈਮ ਆ ਇੱਧਰ ਚਿੜੀਆਂ ਤੋਤਿਆਂ ਦਾ ਦਾਣਾ ਅੰਦਰ ਵਾਧੂ ਪਿਆ ਰਹਿੰਦਾ ਗਾ ਉੱਧਰ ਫੀਲਾਂ ਦਾ ਵੀ ਫੀਡਰ 'ਚ ਪਿਆ ਗਾ ਅਤੇ ਬਈ ਇੱਧਰ ਲੱਕੇ ਹੋਰਾਂ ਦਾ ਅੰਦਰ ਰੱਖ ਰੱਖਿਆਗਾ ਕਿਉਂਕਿ ਇਹਨਾਂ ਨੇ ਵੀ ਬੱਚੇ ਕੱਢੇ ਹੋਏ ਨੇ ਇੱਕ ਦੋ ਕਬੂਤਰ ਬਾਹਰ ਫਿਰਦੇ ਨੇ ਇਹਨਾਂ ਨੂੰ ਵਾੜ ਦਾਂਗੇ ਬਕਤਾਂ ਨੂੰ ਆਪਾਂ ਪਾ ਦਿੰਦੇ ਹਾਂ ਖਰਗੋਸ਼ਾਂ ਦਾ ਬਰਫੀਨ ਆ ਗਿਆ ਜਦੋਂ ਉਦੋਂ ਪਾਵਾਂਗੇ ਕਬੂਤਰ ਆਪਦਾ ਸ਼ਾਮ ਵਾਲਾ ਖਾਈ ਪੀ ਜਾਂਦੇ ਨੇ ਤਾਂ ਆ ਜਾਓ ਆਪਣਾ ਜਿਹੜਾ ਮੇਨ ਕੰਮ ਸੀ ਆਪਾਂ ਆਪਣੇ ਟਰਕੀ ਦੇ ਬੱਚੇ ਦਾ ਨਾਮ ਰੱਖਣਾ ਸੀ ਆ ਜਾਓ ਆਪਾਂ ਚੱਲ ਕੇ ਉਹ ਰੱਖਦੇ ਹਾਂ ਹੁਣ ਤਾਂ ਲਓ ਮਿੱਤਰੋ ਕਿਰਤਾ ਅੰਦਰ ਗਿਆ ਹੋਇਆ ਬੱਚੇ ਨੂੰ ਫੜਨ ਅੱਜ ਆਪਾਂ ਆਪਣੇ ਟਰਕੀ ਦੇ ਬੱਚੇ ਦਾ ਨਾਮ ਰੱਖਣ ਲੱਗਿਆ ਜਿਹੜਾ ਤੁਹਾਡੇ ਤੋਂ ਪੁੱਛਿਆ ਸੀਗਾ ਬਈ ਦੱਸੋ ਨਾਮ ਬਹੁਤ ਸਾਰੇ ਭਾਈਆਂ ਦੇ ਕਮੈਂਟ ਆਏ ਬਈ ਆਹ ਨਾਮ ਰੱਖੋ ਆਹ ਰੱਖੋ ਤਾਂ ਬਈ ਇਹਦੀ ਕਿਊਟਨੈਸ ਇਹਦੀਆਂ ਅੱਖਾਂ ਬੱਲਾਂ ਵਾਂਗੂ ਜਾਗਦੀਆਂ ਨੇ ਤਾਂ ਬਈ ਆਹ ਸਾਰਾ ਕੁਛ ਦੇਖਦੇ ਹੋਏ ਆਪਾਂ ਬਈ ਇਹਦਾ ਨਾਮ ਰੱਖਤਾ ਅੱਜ ਤੋਂ ਜੁਗਨੂ ਹਾਂਜੀ ਆਪਾਂ ਇਹਦਾ ਨਾਮ ਅੱਜ ਤੋਂ ਜੁਗਨੂ ਰੱਖਤਾ ਤਾਂ ਆਪਾਂ ਸਾਰਿਆਂ ਨੇ ਅੱਜ ਤੋਂ ਬਾਅਦ ਇਹਨੂੰ ਜੁਗਨੂ ਕਹਿਣਾ ਬਈ ਬਹੁਤ ਪਿਆਰਾ ਬੱਚਾ ਬਹੁਤ ਕਿਊਟ ਜਿਹਾ ਬੱਚਾ ਹੈਗਾ ਬਾਕੀ ਵੀ ਜਿਹੜੇ ਭਾਈਆਂ ਨੇ ਨਾਮ ਦੱਸੇ ਹਨਾ ਸਾਰਿਆਂ ਦੇ ਨਾਮ ਬਹੁਤ ਸੋਹਣੇ ਸੀਗੇ ਜਿਨ੍ਹਾਂ ਨੇ ਵੀ ਸੁਜੈਸਟ ਕਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਚਲੋ ਆਪਾਂ ਆਹ ਬੱਚੇ ਨੂੰ ਕਿਰਤ ਨੇ ਫੜ ਲਿਆ ਸੀ ਇਹਨੂੰ ਵੀ ਆਪਾਂ ਵਿੱਚ ਛੱਡ ਦਿੰਦੇ ਹਾਂ ਤਾਂ ਆਪਦਾ ਖੇਡ ਲੈਣਗੇ ਇਹਨਾਂ ਦੀ ਮਾਂ ਨੂੰ ਵੀ ਆਪਾਂ ਇਹਨਾਂ ਕੋਲ ਭੇਜ ਦਿੰਦੇ ਹਾਂ ਤਾਂ ਬਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਨਾਮ ਦੱਸੇ ਕਮੈਂਟ ਕਰਕੇ ਜਿਉਂਦੇ ਵੱਸਦੇ ਰਹੋ ਚਲੋ 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 ਬਈ ਇਹਨਾਂ ਨੂੰ ਵੀ ਬੰਦ ਕਰਦੇ ਹਾਂ ਆਇਓ
ਤਾਂ ਮਿੱਤਰੋ ਦੱਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ। ਵੀਡੀਓ ਸੋਹਣੀ ਲੱਗੀ ਹੋਵੇ ਤਾਂ ਬਈ ਲਾਈਕ ਜ਼ਰੂਰ ਕਰ ਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਟਿਕਾ ਕੇ। ਤਾਂ ਮਿਲਦੇ ਹਾਂ ਜੱਟਾ ਨਵੇਂ ਬਲੌਗ 'ਚ ਨਵੇਂ ਟੌਪਿਕ 'ਤੇ। ਰੱਬ ਰਾਖਾ।